7 ਸਾਲ ਦੀ ਉਮਰ ਬਾਲ ਗੋਬਿੰਦ ਰਾਏ, ਮਾਤਾ ਗੁਜਰ ਕੌਰ ਅਤੇ ਆਪਣੇ ਮਾਮਾ ਕਿਰਪਾਲ ਚੰਦ ਜੀ ਨਾਲ ਪਟਨਾ ਸਾਹਿਬ ਤੋਂ ਜਿਸ ਜਗ੍ਹਾ 'ਤੇ ਆਏ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਬਾਲ ਅਵਸਥਾ ਵਿੱਚ 6 ਮਹੀਨੇ ਗੁਜ਼ਾਰੇ, ਆਓ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਅਸੀਂ ਪਹੁੰਚੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਨਕਾ ਪਿੰਡ ਵਿਖੇ, ਜਿੱਥੇ ਮਾਤਾ ਗੁਜਰ ਕੌਰ ਜੀ ਦਾ ਪੇਕਾ ਘਰ ਸੀ ਅਤੇ ਇੱਥੇ ਗੁਰੂ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਸਥਾਨ ਅਤੇ ਪਵਿੱਤਰ ਨਿਸ਼ਾਨੀਆਂ ਹਨ। ਆਓ ਦਰਸ਼ਨ ਕਰਦੇ ਹਾਂ। ਆਪ ਦਰਸ਼ਨ ਕਰੋ ਅਤੇ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਦਰਸ਼ਨ ਕਰਵਾਓ। ਜੁੜੇ ਰਹੋ ਸਰਵਰ ਸਿੰਘ ਦਰਬਾਰ ਖਾਲਸਾ ਦੇ ਯੂਟਿਊਬ ਚੈਨਲ ਦੇ ਨਾਲ, ਅਤੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਦਿਓ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਜੀ ਨੂੰ ਸਿੱਖ ਇਤਿਹਾਸ ਅਤੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਾਉਂਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਅੰਬਾਲੇ ਦੇ ਕੋਲ, ਇੱਕ ਐਸਾ ਸਥਾਨ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵਿਆਹ ਦਾ ਸਥਾਨ ਵੀ ਹੈ ਅਤੇ ਇਸ ਜਗ੍ਹਾ ਦੇ ਲਾਗੇ ਹੀ ਮਾਤਾ ਗੁਜਰ ਕੌਰ ਜੀ ਦਾ ਪੁਰਾਤਨ ਘਰ ਹੋਇਆ ਕਰਦਾ ਸੀ, ਜਿੱਥੇ ਕਿ ਉਹਨਾਂ ਦੇ ਪੇਕੇ ਸਨ ਅਤੇ ਪੇਕੇ ਜੋ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਦਾ ਸਥਾਨ ਸੀ। ਆਪ ਜੀ ਨੂੰ ਲੈ ਕੇ ਆਏ ਹਾਂ ਅੱਜ ਲਖਨੌਰ ਵਿਖੇ, ਜਿੱਥੇ ਗੁਰੂ ਸਾਹਿਬ ਜੀ ਦਾ ਚਰਨ ਸੋ ਪ੍ਰਾਪਤ ਸਥਾਨ ਹੈ। ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਗੋਬਿੰਦ ਰਾਏ ਜੀ ਤਕਰੀਬਨ 7 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਵਿਖੇ ਰਹੇ ਅਤੇ ਉੱਥੇ ਹੀ ਬਾਲਾ ਪ੍ਰੀਤਮ ਨੇ ਬਹੁਤ ਜੋਜ ਕੀਤੇ। ਧੰਨ ਗੁਰੂ ਗੋਬਿੰਦ ਰਾਏ ਜੀ ਆਪਣੇ ਮਾਤਾ ਗੁਜਰੀ ਜੀ ਨਾਲ ਅਤੇ ਮਾਮਾ ਕਿਰਪਾਲ ਚੰਦ ਅਤੇ ਹੋਰ ਪਤਵੰਤੇ ਸਿੱਖਾਂ ਦੇ ਨਾਲ ਗੁਰੂ ਸਾਹਿਬ ਜੀ ਜਦੋਂ 7 ਸਾਲ ਦੀ ਉਮਰ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਆ ਰਹੇ ਸਨ ਅਤੇ ਕੁਝ ਸਮਾਂ ਉਹਨਾਂ ਨੇ ਅੰਬਾਲਾ ਦੇ ਕੋਲ ਇਸ ਜਗ੍ਹਾ ਦੇ ਉੱਤੇ ਵਿਸ਼ਰਾਮ ਕੀਤਾ ਅਤੇ ਤਕਰੀਬਨ 6 ਮਹੀਨੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਰਹੇ ਅਤੇ ਇੱਥੇ ਹੀ ਬਾਲਾ ਪ੍ਰੀਤਮ ਨੇ ਕਈ ਖੇਡਾਂ ਖੇਡੀਆਂ। ਗੁਰੂ ਸਾਹਿਬ ਜੀ ਨੂੰ ਇੱਥੇ ਬਹੁਤ ਹੀ ਦੁਲਾਰਿਆ ਗਿਆ, ਲਾਡ ਪਿਆਰ ਮਿਲਿਆ ਅਤੇ ਆਸ ਪਾਸ ਦੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਕਰਕੇ ਚਰਚਾ ਕਾਫੀ ਰਹੀ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਨੂੰ ਕਈ ਵੱਡੇ ਵੱਡੇ ਮਹਾਂਪੁਰਖ ਆ ਕੇ ਮਿਲੇ, ਜਿਨ੍ਹਾਂ ਦੇ ਵਿੱਚੋਂ ਸ਼ਹੀਦ ਭੀਖਮ ਸਾਹਿਬ ਦਾ ਨਾਮ ਵੀ ਸਿਖਰਾਂ 'ਤੇ ਆਉਂਦਾ ਹੈ। ਧੰਨ ਗੁਰੂ ਗੋਬਿੰਦ ਰਾਏ ਜੀ ਜੋ ਕਿ ਬਾਲ ਅਵਸਥਾ ਵਿੱਚ ਸਨ, ਪੂਰਨ ਜੋਤ ਸਨ ਅਤੇ ਇੱਥੇ ਵੀ ਕਈ ਚੋਜ ਕਰਦੇ ਰਹੇ ਹਨ। ਗੁਰੂ ਸਾਹਿਬ ਜੀ ਦੇ ਇਸ ਸਥਾਨ 'ਤੇ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਵੀ ਪਈਆਂ ਹਨ, ਆਓ ਦਰਸ਼ਨ ਕਰਦੇ ਹਾਂ। ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਵਿਖੇ ਗੋਬਿੰਦ ਰਾਏ ਜੀ ਅਤੇ ਮਾਤਾ ਗੁਜਰ ਕੌਰ ਦੀਆਂ ਕੁਛ ਪਵਿੱਤਰ ਨਿਸ਼ਾਨੀਆਂ ਪਈਆਂ ਹਨ, ਜਿਨ੍ਹਾਂ ਨਿਸ਼ਾਨੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹੈ ਮਾਤਾ ਗੁਜਰ ਕੌਰ ਜੀ ਦੀਆਂ ਲੱਕੜ ਦੀਆਂ ਉਹ ਪਰਾਤਾਂ, ਜਿਨ੍ਹਾਂ ਦੇ ਵਿੱਚ ਮਾਤਾ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਰਹੇ ਹਨ ਅਤੇ ਰਸੋਈ ਵਿੱਚ ਵਰਤਣ ਵਾਲੇ ਭਾਂਡਿਆਂ ਦੇ ਵਿੱਚ ਇਹ ਪਰਾਤਾਂ ਸੁਮਾਰ ਸਨ। ਪੁਰਾਤਨ ਸਮੇਂ ਦੇ ਵਿੱਚ ਲੱਕੜ ਦੇ ਭਾਂਡੇ ਵਰਤੇ ਜਾਂਦੇ ਸਨ ਜਿਨ੍ਹਾਂ ਨੂੰ ਸੇਕ ਨਹੀਂ ਸੀ ਲੱਗਦਾ। ਥਾਲੀਆਂ ਅਤੇ ਪਰਾਤਾਂ, ਕੜਾਹੀਆਂ ਜੋ ਕਿ ਲੱਕੜ ਦੀਆਂ ਬਣਦੀਆਂ ਸਨ, ਉਹਨਾਂ ਦੇ ਵਿੱਚੋਂ ਪੁਰਾਤਨ ਨਿਸ਼ਾਨੀਆਂ ਦੇ ਵਿੱਚ ਮਾਤਾ ਗੁਜਰ ਕੌਰ ਦੀਆਂ ਇਹ ਦੋ ਪੁਰਾਤਾਂ ਇਸ ਇਤਿਹਾਸਕ ਗੁਰਦੁਆਰੇ ਵਿਖੇ ਮੌਜੂਦ ਹਨ ਅਤੇ ਬੇਅੰਤ ਸੰਗਤਾਂ ਦਰਸ਼ਨ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀਆਂ ਹਨ ਅਤੇ ਮਾਤਾ ਗੁਜਰ ਕੌਰ ਦੀ ਹੱਥਾਂ ਦੇ ਵਿੱਚ ਵਰਤੀਆਂ ਹੋਈਆਂ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਮਾਤਾ ਜੀ ਦੀਆਂ ਹੋਰ ਪਵਿੱਤਰ ਨਿਸ਼ਾਨੀਆਂ ਦੇ ਵਿੱਚ ਇੱਥੇ ਹੈ
ਮਾਤਾ ਜੀ ਦਾ ਉਹ ਮੰਜਾ ਜਿਸ ਮੰਜੇ ਦੇ ਉੱਤੇ ਮਾਤਾ ਗੁਜਰ ਕੌਰ ਜੀ ਰਾਤ ਨੂੰ ਵਿਸ਼ਰਾਮ ਕਰਦੇ ਸਨ, ਅਤੇ ਨਾਲ ਹੀ ਧੰਨ ਗੁਰੂ ਗੋਬਿੰਦ ਰਾਏ ਜੀ ਦਾ ਉਹ ਮੰਜਾ ਵੀ ਮੌਜੂਦ ਹੈ ਜਿਸ ਮੰਜੇ ਦੇ ਉੱਤੇ ਗੁਰੂ ਸਾਹਿਬ ਜੀ ਰਾਤ ਨੂੰ ਵਿਸ਼ਰਾਮ ਕਰਦੇ ਸਨ। ਮਾਤਾ ਗੁਜਰ ਕੌਰ ਅਤੇ ਗੋਬਿੰਦ ਰਾਏ ਜੀ ਦੇ ਜੀਵਨ ਨਾਲ ਸੰਬੰਧਿਤ ਇਹ ਦੋਨੇ ਮੰਜੇ ਇਸ ਇਤਿਹਾਸਿਕ ਸਥਾਨ 'ਤੇ ਮੌਜੂਦ ਹਨ ਅਤੇ ਬੇਅੰਤ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਸਾਹਿਬ ਜੀ ਦੀਆਂ ਹੋਰ ਪਵਿੱਤਰ ਨਿਸ਼ਾਨੀਆਂ ਦੇ ਵਿੱਚ ਇੱਥੇ ਹੈ ਗੁਰੂ ਸਾਹਿਬ ਜੀ ਦੇ ਪੁਰਾਤਨ ਸ਼ਸਤਰ, ਜਿਨ੍ਹਾਂ ਦੇ ਵਿੱਚੋਂ ਕਟਾਰਾ ਹਨ ਅਤੇ ਕੁਛ ਲੋਹੇ ਦੇ ਤੀਰ ਹਨ, ਅਤੇ ਗੁਰੂ ਸਾਹਿਬ ਜੀ ਦਾ ਇੱਕ ਹੁਕਮਨਾਮਾ ਹੈ ਇਸ ਜਗ੍ਹਾ ਦੇ ਉੱਤੇ ਸੰਗਤਾਂ ਵਾਸਤੇ, ਉਹ ਸੰਗਤਾਂ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਬਾਲ ਅਵਸਥਾ ਵਿੱਚ ਧੰਨ ਗੁਰੂ ਗੋਬਿੰਦ ਰਾਏ ਜੀ ਜਿਸ ਪੀੜ੍ਹੀ ਦੇ ਉੱਤੇ ਬੈਠਦੇ ਸਨ, ਸਾਡੇ ਪੁਰਾਣੇ ਘਰਾਂ ਦੇ ਵਿੱਚ ਬੈਠਣ ਵਾਸਤੇ ਪੀੜ੍ਹੀਆਂ ਹੁੰਦੀਆਂ ਸਨ, ਉਹਨਾਂ ਪੀੜ੍ਹੀਆਂ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਰਾਏ ਜੀ ਦੀ ਇਹ ਪਵਿੱਤਰ ਨਿਸ਼ਾਨੀ ਹੈ ਉਸ ਪੀੜ੍ਹੀ ਦੇ ਪਾਵੇ ਜੋ ਕਿ ਸੰਗਤਾਂ ਦਰਸ਼ਨ ਕਰਦੀਆਂ ਹਨ ਇੱਥੇ ਮੌਜੂਦ ਹੈ। ਸਿੱਖ ਇਤਿਹਾਸ ਅਤੇ ਮਾਤਾ ਗੁਜਰ ਕੌਰ ਅਤੇ ਗੋਬਿੰਦ ਰਾਏ ਜੀ ਨਾਲ ਸੰਬੰਧਿਤ ਇਹ ਨਿਸ਼ਾਨੀਆਂ ਇਸ ਇਤਿਹਾਸਕ ਗੁਰਦੁਆਰੇ ਵਿੱਚ ਮੌਜੂਦ ਹਨ ਅਤੇ ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਜਦ ਮਾਤਾ ਗੁਜਰ ਕੌਰ ਜੀ ਅਤੇ ਗੋਬਿੰਦ ਰਾਏ ਜੀ ਇਸ ਜਗ੍ਹਾ ਦੇ ਉੱਤੇ ਬਿਰਾਜਮਾਨ ਸਨ, ਕੁਝ ਸਮਾਂ ਕੱਟ ਰਹੇ ਸਨ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਮਾਤਾ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਮਾਤਾ ਜੀ ਇਸ ਇਲਾਕੇ ਦੇ ਵਿੱਚ ਪਾਣੀ ਦੀ ਕਮੀ ਹੈ ਅਤੇ ਆਪ ਕਿਰਪਾ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਜਗ੍ਹਾ 'ਤੇ ਮੌਜੂਦ ਸਨ, ਤਾਂ ਮਾਤਾ ਗੁਜਰ ਕੌਰ ਜੀ ਨੇ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਇਸ ਜਗ੍ਹਾ ਦੇ ਉੱਤੇ ਮਾਤਾ ਜੀ ਨੇ ਖੁਦ ਹੱਥੀਂ ਸੇਵਾ ਕਰਕੇ ਜੋ ਬੋਲੀ ਖੁਦਵਾਈ, ਜੋ ਖੂਹ ਖੁਦਵਾਇਆ, ਉਹ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਅਤੇ ਬੇਅੰਤ ਸੰਗਤਾਂ ਇਸ ਤੋਂ ਜਲ ਲੈ ਕੇ ਕਈ ਕਿਸਮ ਦੇ ਰੋਗਾਂ ਤੋਂ ਨਿਵਰਤ ਹੁੰਦੇ ਹਨ। ਇੱਥੋਂ ਦੇ ਇਸ ਖੂਹ ਦਾ ਜਲ ਕੁਸ਼ਟ ਨਿਵਾਰਨ ਦਾ ਕੰਮ ਕਰਦਾ ਹੈ, ਬਹੁਤ ਸੰਗਤਾਂ ਦੇ ਬੇਅੰਤ ਰੋਗ ਦੂਰ ਹੁੰਦੇ ਹਨ ਅਤੇ ਅੱਜ ਤੱਕ ਇਹ ਨਿਰੰਤਰ ਇਸ ਖੂਹ ਦੇ ਵਿੱਚੋਂ ਪਾਣੀ ਚੱਲਦਾ ਹੈ, ਜਿਸ ਨੂੰ ਮਾਤਾ ਗੁਜਰ ਕੌਰ ਜੀ ਦੇ ਖੂਹ ਦੇ ਨਾਲ ਜਾਣਿਆ ਜਾਂਦਾ ਹੈ। ਬੌਲੀ ਮਾਤਾ ਗੁਜਰ ਕੌਰ ਦੇ ਨਾਂ 'ਤੇ ਵੀ ਇਸ ਜਗ੍ਹਾ ਨੂੰ ਜਾਣਿਆ ਜਾਂਦਾ ਹੈ, ਜੋ ਕਿ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਪੌੜੀਆਂ ਉਤਰ ਕੇ ਹੇਠਾਂ ਬਹੁਤ ਹੀ ਡੂੰਘੇ ਸਥਾਨ ਦੇ ਉੱਤੇ ਇਹ ਮੌਜੂਦ ਹੈ ਅਤੇ ਬੇਅੰਤ ਸੰਗਤਾਂ ਦਰਸ਼ਨ ਕਰਦੀਆਂ ਹਨ। ਅੰਬਾਲਾ ਸ਼ਹਿਰ ਤੋਂ ਤਕਰੀਬਨ 20-22 ਕਿਲੋਮੀਟਰ ਦੀ ਵਿੱਥ 'ਤੇ ਲਖਨੌਰ ਕਸਬਾ ਹੈ ਅਤੇ ਇਸ ਕਸਬੇ ਦੇ ਇੱਕ ਸਾਈਡ ਦੇ ਉੱਤੇ ਗੁਰੂ ਸਾਹਿਬ ਜੀ ਦੀ ਇਹ ਪਵਿੱਤਰ ਨਿਸ਼ਾਨੀ ਹੈ ਗੁਰਦੁਆਰਾ ਸ਼੍ਰੀ ਲਖਨੌਰ ਸਾਹਿਬ, ਅਤੇ ਇੱਥੇ ਮਾਤਾ ਗੁਜਰ ਕੌਰ ਅਤੇ ਗੋਬਿੰਦ ਰਾਏ ਜੀ ਦੇ ਬਾਲ ਅਵਸਥਾ ਦੀਆਂ ਪਵਿੱਤਰ ਨਿਸ਼ਾਨੀਆਂ ਪਈਆਂ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਜਗ੍ਹਾ 'ਤੇ ਆਏ ਹਨ ਅਤੇ ਇਸ ਜਗ੍ਹਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਕਿਹਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ ਅਤੇ ਗੋਬਿੰਦ ਰਾਏ ਜੀ ਦੀ ਚਰਨ ਸੋ ਪ੍ਰਾਪਤ ਇਹ ਸਥਾਨ ਬਹੁਤ ਹੀ ਰਮਣੀਕ ਅਤੇ ਖੂਬਸੂਰਤ ਢੰਗ ਨਾਲ ਬਣਿਆ ਹੋਇਆ ਹੈ। ਇਸ ਜਗ੍ਹਾ ਦੇ ਉੱਤੇ ਬੇਅੰਤ ਸੰਗਤਾਂ ਜੁੜਦੀਆਂ ਹਨ, ਖਾਸ ਤੌਰ 'ਤੇ ਦੁਸਹਿਰੇ ਵਾਲੇ ਦਿਨ ਇਸ ਜਗ੍ਹਾ ਦੇ ਉੱਤੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਇਕੱਤਰ ਹੁੰਦੀ ਹੈ ਅਤੇ ਗੁਰੂ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਹਨ। ਦੂਰੋਂ ਦੂਰੋਂ ਚੱਲ ਕੇ ਸੰਗਤਾਂ ਇਸ ਜਗ੍ਹਾ 'ਤੇ ਆਉਂਦੀਆਂ ਹਨ, ਲੰਗਰ ਦੇ ਅਤੇ ਰਿਹਾਇਸ਼ ਦੇ ਖੁੱਲ੍ਹੇ ਪ੍ਰਬੰਧ ਹਨ। ਆਪ ਜੀ ਨੇ ਵੀ ਅਗਰ ਇਸ ਸਥਾਨ ਦੇ ਦਰਸ਼ਨ ਕਰਨੇ ਹੋਣ ਤਾਂ ਤੁਸੀਂ ਅੰਬਾਲਾ ਤੋਂ ਲਖਨੌਰ ਆ ਕੇ, ਆਪਣਾ ਵਾਹਨ ਹੋਵੇ ਚਾਹੇ ਲੋਕਲ ਵਾਹਨ ਹੋਵੇ, ਇੱਥੇ ਆ ਕੇ ਦਰਸ਼ਨ ਇਸ਼ਨਾਨ ਕਰ ਸਕਦੇ ਹੋ। ਬਹੁਤ ਹੀ ਰਮਣੀਕ ਜਗ੍ਹਾ ਹੈ
ਅਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਇੱਕ ਅਲੱਗ ਹੀ ਆਨੰਦ ਪ੍ਰਾਪਤ ਹੁੰਦਾ ਹੈ। ਗੁਰਦੁਆਰਾ ਸ੍ਰੀ ਲਖਨਊ ਸਾਹਿਬ ਤੋਂ ਤਕਰੀਬਨ 3 ਕਿਲੋਮੀਟਰ ਦੀ ਵਿੱਥ 'ਤੇ ਗੁਰੂ ਸਾਹਿਬ ਜੀ ਦੀ ਬਾਲ ਲੀਲਾ ਵਾਲਾ ਇੱਕ ਹੋਰ ਇਤਿਹਾਸਿਕ ਸਥਾਨ ਹੈ ਅਤੇ ਇੱਥੇ ਹੀ ਲਾਗੇ ਹੀ ਇਹ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰ ਕੌਰ ਜੀ ਦੇ ਆਨੰਦ ਕਾਰਜ ਹੋਏ ਸਨ। ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਆਪ ਜੀ ਨੂੰ ਉਹਨਾਂ ਜਗ੍ਹਾ ਦੇ ਵੀ ਜਲਦੀ ਹੀ ਦਰਸ਼ਨ ਕਰਵਾਵਾਂਗੇ। ਆਪ ਜੀ ਨੂੰ ਇਹ ਵੀਡੀਓ ਇਸ ਸਥਾਨ ਦੇ ਦਰਸ਼ਨ ਕਰਕੇ ਕਿਹੋ ਜਿਹਾ ਲੱਗਿਆ ਕਮੈਂਟ ਜ਼ਰੂਰ ਕਰਿਓ। ਆਪ ਦਰਸ਼ਨ ਕਰੋ, ਹੋਰਨਾਂ ਸੰਗਤਾਂ ਨੂੰ ਦਰਸ਼ਨ ਕਰਾਓ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੁੜੇ ਰਹੋ ਸਰਵਨ ਸਿੰਘ ਨਵੈਲ ਖਾਲਸਾ ਦੇ ਯੂਟਿਊਬ ਚੈਨਲ ਨਾਲ। ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।